ਵੋਟ ਵਾਲੇ ਨਾ ਮਾਮਲੇ ਦਾ ਪਤਾ ਹੀ ਨਾ ਲੱਗੇ ਕੀ ਹੁੰਦਾ। ਸਾਡੀ ਬੋਲੀ ਵੀ ਵੱਖਰੀ, ਇੱਕ ਨੂੰ ਸਵਾ ਲੱਖ ਫੌਜ ਕਹਿਣਾ ਕਿੱਡੀ ਚੜ੍ਹਦੀ ਗੱਲ ਹੈ, ਇੱਕ ਨੂੰ ਸਵਾ ਲੱਖ ਫੌਜ, ਥੋੜ੍ਹੇ ਨੂੰ ਸਵਾਇਆ। ਖਾਲਸਾ ਨਾਮ ਚੜ੍ਹਦੀ ਕਲਾ ਦਾ ਹੀ ਅਹਿਸਾਸ ਸਿੰਘ ਜੀ। ਆਪਣੇ ਕੋਲ ਦਮੜੇ ਤਾਂ ਹੈ ਨਹੀਂ, ਮਾਇਆ ਤਾਂ ਗੁਰੂ ਨਾਨਕ ਰੱਖਦੇ ਨਹੀਂ ਸੀ ਨਾ ਆਪਣੇ ਕੋਲ। ਆਵਾਜ਼ ਘਟਾ ਦੀ ਮਾੜੀ ਜੀ ਸਪੀਕਰ। ਆਪਣੀ ਜੇਬ ਵਿੱਚ ਗੁਰੂ ਨਾਨਕ ਮਾਇਆ ਨਹੀਂ ਰੱਖਦੇ ਅਤੇ ਆਪਣੇ ਸਿੱਖਾਂ ਦੀ ਜੇਬਾਂ ਕਦੇ ਖਾਲੀ ਨਹੀਂ ਹੋਣ ਦਿੰਦੇ ਮਹਾਰਾਜ। ਜਿੱਥੇ ਵੀ ਬੈਠਾ ਉੱਥੇ ਲੰਗਰ ਚੱਲ ਰਹੇ ਨੇ ਸਾਸ ਨੂੰ, ਜਿੱਥੇ ਵੀ ਜਿੱਥੇ ਦੁਨੀਆਂ 'ਚ ਵਿਪਤਾ ਆ ਜਾਏ, ਸੰਕਟ ਆ ਜਾਏ, ਉੱਥੇ ਗੁਰੂ ਕਾ ਸਿੱਖ ਲੰਗਰ ਲੈ ਕੇ ਪਹੁੰਚ ਜਾਂਦਾ। ਅਤੇ ਜਦੋਂ ਇਹਦੇ 'ਤੇ ਆਪ ਆ ਜਾਵੇ, ਪਾਣੀ ਆ ਜਾਵੇ, ਹੜ੍ਹ ਆ ਜਾਣ ਪੰਜਾਬ 'ਚ, ਫਿਰ ਉਹ ਕਿਸੇ ਦੀ ਆਸ ਨਹੀਂ ਕਰਦਾ। ਫਸਲਾਂ ਮਰ ਗਈਆਂ ਨੇ, ਤੂੜੀ ਪੱਠੇ ਬਚੇ ਕੱਖ ਨਹੀਂ, ਅਤੇ ਟਰਾਲੀਆਂ 'ਚ ਪਾ ਕੇ ਰਾਸ਼ਨ ਲੰਗਰ ਲਈ ਫਿਰਦੇ। ਅਤੇ ਜਿਹਦੇ ਕੋਲ ਜਾਂਦੇ ਨੇ ਉਹ ਕਹਿੰਦੇ ਨੇ ਸਾਡੇ ਕੋਲ ਗੁਰੂ ਮਾਰ ਨੇ ਬੜਾ ਦਿੱਤਾ, ਅੱਗੇ ਲੈ ਜਾਓ ਕਿਸੇ ਲੋੜਵੰਦ ਵਾਸਤੇ। ਇਹ ਹੁਣ ਬਖਸ਼ਿਸ਼ਾਂ ਹੀ ਨੇ, ਕਿਰਪਾ ਹੀ। ਸੰਕਟ ਦੇ ਵਿੱਚ ਵੀ ਲੰਗਰ ਲਾਏ ਫਿਰਦੇ। ਆਪਣੇ ਕੋਲ ਮਾਇਆ ਨਹੀਂ ਰੱਖੀ ਕਦੇ ਜੇਬ 'ਚ ਉਹਨਾਂ ਨੇ। ਸਾਸ ਜੀ ਜਿਹੜੇ ਆਪਣੀਆਂ ਜੇਬਾਂ ਭਰਦੇ ਨੇ, ਉਹ ਦੂਜਿਆਂ ਦੀਆਂ ਜੇਬਾਂ ਖਾਲੀ ਕਰਦੇ ਨੇ, ਅਤੇ ਜਿਹੜੇ ਆਪਣੀਆਂ ਜੇਬਾਂ ਖਾਲੀ ਰੱਖਦੇ ਨੇ, ਉਹ ਦੂਜਿਆਂ ਦੀ ਜੇਬਾਂ ਭਰਦੇ ਨੇ। ਗੁਰੂ ਨਾਨਕ ਨੇ ਆਪਣੀ ਜੇਬ 'ਚ ਮਾਇਆ ਨਹੀਂ ਰੱਖੀ ਕਦੇ, ਅਤੇ ਸਾਡੀਆਂ ਜੇਬਾਂ ਕਦੇ ਖਾਲੀ ਨਹੀਂ ਹੋਣ ਦਿੱਤੀ। ਜਿੱਥੇ ਵੀ ਬੈਠਾ ਗੁਰੂ ਨਾਨਕ ਦਾ ਸਿੱਖ, ਚੜ੍ਹਦੀ ਕਲਾ ਸੀ। ਸਤਿ ਸਿੰਘ ਜੀ, ਸਤਿ ਸਿੰਘ ਜੀ ਵੀ ਜਾ ਕੇ ਮਰਦਾਨੇ ਨੇ ਆਖਿਆ ਕਿ ਭੈਣ ਜੀ ਸਾਨੂੰ ਕੁਛ ਦਮੜੇ ਚਾਹੀਦੇ ਆ। ਭੈਣ ਨਾਨਕੀ ਭੈਣ ਨਹੀਂ ਸੀ, ਗੁਰੂ ਨਾਨਕ ਦਾ ਪਹਿਲਾ ਸਿੱਖ ਵੀ ਭੈਣ ਨਾਨਕੀ ਹੋਈ ਹੈ। ਸਤਿ ਸਿੰਘ ਜਿਹਨੇ ਪਾਰ ਬ੍ਰਹਮ ਪਰਮੇਸ਼ਰ ਕਰਕੇ ਜਾਣਿਆ ਸੱਚੇ ਪਾਤਸ਼ਾਹ, ਵੀਰ ਨਹੀਂ ਸਮਝਦੀਆਂ ਮੈਨੂੰ, ਬਸ ਭਾਵਨਾ ਵਿੱਚ ਹੀ ਫਰਕ ਹੈ। ਗੁਰੂ ਨੂੰ ਜਿਵੇਂ ਕਰਕੇ ਜਾਣੋਗੇ, ਤੁਹਾਨੂੰ ਉਸ ਤਰ੍ਹਾਂ ਹੀ ਕਿਰਪਾ ਹੋ ਜਾਏਗੀ। ਜੈਸਾ ਸੇਵਾ ਤੈਸੋ ਹੋਵੇ। ਜੇ ਤਾਂ ਗੁਰੂ ਦੀ ਭਾਵਨਾ ਲੈ ਕੇ ਆਉਂਗੇ ਤਾਂ ਉਹ ਫਲ ਮਿਲ ਜਾਏਗਾ, ਜੇ ਪਰਮੇਸ਼ਰ ਵਾਲੀ ਭਾਵਨਾ ਲੈ ਕੇ ਆਉਂਗੇ ਉਹ ਫਲ ਮਿਲ ਜਾਏਗਾ, ਅਤੇ ਜੇ ਗ੍ਰੰਥ ਵਾਲੀ ਭਾਵਨਾ ਲੈ ਕੇ ਆਉਂਗੇ ਫਿਰ ਉਹ ਫਲ ਮਿਲ ਜਾਏਗਾ। ਇਹ ਹੁਣ ਆਪਣੀ ਭਾਵਨਾ ਵਿੱਚ ਹੀ ਫਰਕ ਹੈ। ਗੁਰੂ ਪਰਮੇਸ਼ਰ ਦਾ ਸਰਗੁਣ ਰੂਪ ਹੁੰਦਾ ਹੈ, ਗੁਰ ਪਰਮੇਸ਼ਰ ਇੱਕੋ ਜਾਣ। ਦਮੜੇ ਲੈ ਕੇ, ਮਾਇਆ ਲੈ ਕੇ ਭਾਈ ਫਰੰਦੇ ਕੋਲ ਗਿਆ। ਭਾਈ ਮਰਦਾਨਾ ਫਰੰਦਾ, ਭਾਈ ਫਰੰਦਾ ਜਿਹੜੀਆਂ ਜਿਹੜਾ ਰਬਾਬਾਂ ਬਣਾਉਂਦਾ ਹੁੰਦਾ ਸੀ, ਅਤੇ ਭਾਈ ਫਰੰਦੇ ਨੇ ਜਾ ਕੇ ਆਖਿਆ ਸਾਨੂੰ ਰਬਾਬ ਚਾਹੀਦੀ ਹੈ। ਭਾਈ ਫਰੰਦਾ ਕਹਿੰਦਾ ਰਬਾਬ ਬਣਾਉਣ ਨੂੰ ਟਾਈਮ ਲੱਗਣਾ ਹੈ, ਹੱਥੀ ਬਣਦਾ ਸੀ ਨਾ ਸਾਰਾ ਕੁਛ। ਅਤੇ ਮਰਦਾਨਾ ਕਹਿੰਦਾ ਉਹ ਸਾਹਮਣੇ ਟੰਗੀ ਤਾਂ ਹੋਈ ਹੈ ਅੱਗੇ ਰਬਾਬ। ਅਤੇ ਫਰੰਦਾ ਕਹਿੰਦਾ ਇਹ ਤਾਂ ਮੈਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਭੇਟਾ ਕਰਨ ਵਾਸਤੇ ਰੱਖੀ ਹੈ, ਇਹ ਵੇਚਣੀ ਨਹੀਂ, ਮੈਂ ਦੇਣੀ ਨਹੀਂ ਕਿਸੇ ਨੂੰ। ਮਰਦਾਨਾ ਕਹਿੰਦਾ ਮੈਨੂੰ ਵੀ ਤਾਂ ਉਹਨਾਂ ਨਹੀਂ ਭੇਜਿਆ ਤੇਰੇ ਕੋਲ। ਅਤੇ ਭਾਈ ਫਰੰਦੇ ਨੇ ਕੱਪੜੇ ਦੇ ਵਿੱਚ ਸਤਿਕਾਰ ਨਾਲ ਲਪੇਟ ਕੇ ਦੋ ਹੱਥਾਂ ਨਾਲ ਭਾਈ ਮਰਦਾਨੇ ਦੇ ਹੱਥਾਂ 'ਤੇ ਰੱਖੀ ਰਬਾਬ। ਭਾਈ ਮਰਦਾਨਾ ਮੇਰੇ ਵੱਲੋਂ ਜਾ ਕੇ ਭੇਟਾ ਕਰੀ ਸੱਚੇ ਪਾਤਸ਼ਾਹ। ਦੂਜੀ ਬੇਨਤੀ ਹੈ, ਫਿਰ ਮਰਦਾਨੇ ਨੂੰ ਰਬਾਬ ਸਿਖਾਈ ਕਿੰਨੀ ਸੀ? ਉਹਦੀ ਰਾਗ ਵਿੱਦਿਆ ਦਾ ਉਸਤਾਦ ਕੌਣ ਸੀ, ਗੁਰੂ ਕੌਣ ਸੀ?
ਦੁਨੀਆਂ ਦੇ ਵਿੱਚ ਇੱਕ ਮੰਨਿਆ ਰਾਗ ਵਿਦਿਆ ਵਿੱਚ ਤਾਨ ਸੈਨ ਹੋਇਆ ਜਦੋਂ ਦੀਪਕ ਰਾਗ ਪੜ੍ਹਦਾ ਸੀ ਤੇ ਦੀਵੇ ਆਪਣੇ ਆਪ ਜਗ ਪੈਂਦੇ ਸੀ, ਦੀਵੇ ਰੱਖ ਦਿੰਦੇ ਸੀ। ਇਸ ਤਰ੍ਹਾਂ ਰਾਗ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਆਪਣੇ ਆਪ ਦੀਵੇ ਜਗ ਪੈਂਦੇ ਸੀ। ਜਦੋਂ ਮੇਘ ਰਾਗ ਪੜ੍ਹਦਾ ਸੀ ਤਾਂ ਬਾਰਿਸ਼ ਪੈਣ ਲੱਗ ਜਾਂਦੀ ਸੀ। ਸਾਸ ਤਾਨ ਸੈਨ ਦਾ ਗੁਰੂ ਕੌਣ ਸੀ? ਹਰੀਦਾਸ। ਹਰੀਦਾਸ ਦਾ ਗੁਰੂ ਕੌਣ ਸੀ? ਭਾਈ ਮਰਦਾਨਾ। ਮਰਦਾਨੇ ਦਾ ਗੁਰੂ ਕੌਣ ਸੀ? ਜਦੋਂ ਮਰਦਾਨਾ ਰਬਾਬ ਲੈ ਕੇ ਆਇਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਮਰਦਾਨਾ ਰਬਾਬ ਜਾ, ਬਾਣੀ ਆਈ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ। ਮਰਦਾਨੇ ਨੇ ਮੋਢੇ ਨਾਲ ਰਬਾਬ ਲਾ ਕੇ ਛੇੜਿਆ ਨਾ ਤੰਦਾਂ ਨੂੰ, ਸਾਰੀ ਦੁਨੀਆਂ ਦੇ ਰਾਗ ਭਾਈ ਮਰਦਾਨੇ ਦੇ ਦਿਮਾਗ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤਾ। ਮਰਦਾਨੇ ਦਾ ਉਸਤਾਦ ਗੁਰੂ ਨਾਨਕ ਦੇਵ ਮਹਾਰਾਜ, ਜਿਹੜਾ ਅੱਠਵਾਂ ਗੁਰੂ ਨਾਨਕ ਗੁੰਗੇ ਦੇ ਸਿਰ 'ਤੇ ਰੱਖ ਕੇ ਕਥਾ ਕਰਾ ਦਿੰਦਾ ਹੈ ਛੱਜੂ ਝੀਵਰ ਦੇ, ਭਾਈ ਬਚਿੱਤਰ ਸਿੰਘ ਦੇ ਸਿਰ 'ਤੇ ਹੱਥ ਰੱਖ ਕੇ ਹਾਥੀ ਦਾ ਮੁਕਾਬਲਾ ਕਰਾ ਦਿੰਦਾ। ਗੁਰੂ ਹੈ ਨਾ, ਗੁਰੂ ਅਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ। ਹੁਣ ਆਪਣੀ ਮਰਜ਼ੀ ਹੈ, ਗੁਰੂ ਨੂੰ ਆਪਣੇ ਬਰਾਬਰ ਲਿਆ ਕੇ ਆਪਾਂ ਵਿਚਾਰ ਕਰੀ ਜਾਈਏ। ਗੁਰੂ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਅਤੇ ਫਿਰ ਕਿੱਥੇ ਕੀਰਤਨ ਕੀਤਾ? ਬਗਦਾਦ ਵਿੱਚ। ਫਿਰ ਬਾਬਾ ਗਿਆ ਬਗਦਾਦ ਨੂੰ, ਜਿੱਥੇ ਕਾਨੂੰਨ ਬਣਿਆ ਸੀ ਜਿਹੜਾ ਸੰਗੀਤ ਗਾਏਗਾ ਕੀਰਤਨ ਕਰੇਗਾ ਉਹਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਏਗਾ। ਉੱਥੇ ਜਾ ਕੇ ਕੀਰਤਨ ਕਰਿਆ, ਪੱਥਰ ਮਾਰਨ ਆਏ ਸੀ ਲੋਕ, ਬਗਦਾਦ ਵਾਸੀ ਪੱਥਰ ਵੱਡੇ ਵੱਡੇ ਚੁੱਕ ਕੇ ਮਾਰਨ ਆਏ ਸੀ। ਪੱਥਰ ਤਾਂ ਅੱਜ ਵੀ ਲੋਕ ਮਾਰਦੇ ਨੇ ਕੀਰਤਨ ਕਰਨ ਵਾਲਿਆਂ ਨੂੰ, ਢਾਡੀ ਸਿੰਘਾਂ ਨੂੰ, ਕਵੀਸ਼ਰ ਸਿੰਘਾਂ ਨੂੰ, ਪ੍ਰਚਾਰਕਾਂ ਨੂੰ ਅੱਜ ਵੀ ਮਾਰਦੇ ਨੇ ਪੱਥਰ। ਉਦੋਂ ਤਾਂ ਇਕੱਲੇ ਬਗਦਾਦ ਵਿੱਚ ਹੀ ਮਾਰੇ ਸੀ, ਹੁਣ ਤਾਂ ਬਾਹਲੇ ਥਾਵਾਂ 'ਤੇ ਮਾਰਦੇ। ਪੱਥਰ ਸਰੀਰ 'ਤੇ ਵੱਜਦਾ, ਸਰੀਰ 'ਤੇ ਚੋਟ ਕਰਦਾ ਪੱਥਰ, ਅਤੇ ਜਦੋਂ ਸਰੀਰ 'ਤੇ ਚੋਟ ਲੱਗੇ ਡਾਕਟਰ ਲੋਕ ਮਲਮ ਪੱਟੀ ਕਰ ਦਿੰਦੇ ਆ, ਟਾਂਕੇ ਲਾ ਦਿੰਦੇ। ਪਰ ਜਿਹੜੀਆਂ ਗੱਲਾਂ ਅੱਜ ਕੀਰਤਨ ਵਾਲਿਆਂ ਨੂੰ ਲੋਕ ਬੋਲਦੇ ਨੇ, ਕਥਾ ਵਾਚਕਾਂ ਨੂੰ ਬੋਲਦੇ ਨੇ, ਪ੍ਰਚਾਰਕਾਂ ਨੂੰ ਬੋਲਦੇ ਨੇ, ਢਾਡੀ ਸਿੰਘਾਂ ਨੂੰ, ਕਵੀਸ਼ਰ ਸਿੰਘਾਂ ਨੂੰ, ਉਹ ਬੋਲ ਮਨ 'ਤੇ ਲੱਗਦੇ ਨੇ ਜਾ ਕੇ। ਮਨ 'ਤੇ ਮਲਮ ਪੱਟੀ ਨਹੀਂ ਲੱਗਦੀ ਕੋਈ ਸਾਸਨ। ਸਿਆਣੇ ਕਹਿੰਦੇ ਨੇ ਕਿਰਪਾਨ ਦਾ ਘਾਹ ਤਾਂ ਮਿੱਟ ਜਾਂਦਾ ਹੈ ਪਰ ਸ਼ਬਦ ਦਾ ਘਾਹ ਮਿੱਟਦਾ ਨਹੀਂ ਹੁੰਦਾ। ਉਦੋਂ ਤਾਂ ਬਗਦਾਦ ਵਾਸੀਆਂ ਨੇ ਮਾਰੇ ਸੀ ਨਾ ਪੱਥਰ, ਹੁਣ ਤਾਂ ਸਾਸਨੀ ਬਹੁਤੇ ਥਾਵਾਂ 'ਤੇ ਬਾਣੀ ਪੜ੍ਹਨ ਵਾਲੇ ਨੂੰ ਪੱਥਰ ਖਾਣੇ ਪੈਂਦੇ। ਬਹੁਤ ਬਚਨ ਬੋਲਦੇ, ਲਾਲਚੀ ਹੋ ਗਏ ਨੇ ਜੀ, ਇਹ ਤਾਂ ਹੁਣ ਲਾਲਚ ਬੜਾ ਹੀ ਹੋ ਗਿਆ ਇਹਨਾਂ ਨੂੰ। ਪਰ ਜੇ ਕਿਤੇ ਨੱਚਣ ਟੱਪਣ ਵਾਲਾ ਹੋਵੇ ਉੱਥੇ ਲਾਲਚ ਕੋਈ ਨਹੀਂ ਹੁੰਦਾ, ਬਸ ਕੀਰਤਨ ਵਾਲੇ ਨੂੰ ਲਾਲਚ ਹੁੰਦਾ। ਉੱਧਰ ਤਾਂ ਆਪਣੇ 2 ਘੰਟਿਆਂ ਦੇ 5-5 ਲੱਖ ਵੀ ਦੇ ਦਿੰਦੇ ਨੇ, ਕਿਸੇ ਕੀਰਤਨ ਵਾਲੇ ਸਿੰਘ ਨੂੰ ਵੀ ਕਿਸੇ ਨੇ ਦਿੱਤੇ ਹੋਣਗੇ ਵੀ ਲੈ ਸਿੰਘਾ ਤੂੰ ਬਾਣੀ ਦਾ ਕੀਰਤਨ ਕਰਕੇ ਆਨੰਦ ਬੰਨ ਛੱਡਿਆ। ਇਹ ਤਾਂ ਫਿਰ ਲਾਲਚੀ ਹੋ ਗਏ ਨੇ, ਉਹ ਤਾਂ ਲਾਲਚ ਹੈ। ਕਿਤੇ ਕੀਰਤਨ ਕਥਾ ਸੁਣਨੀ ਹੋਵੇ ਉੱਥੇ ਕੋਈ ਇੱਥੇ ਕਿਸੇ ਨੂੰ ਪਾਬੰਦੀ ਨਹੀਂ ਕੋਈ ਕਿਸੇ ਵਾਸਤੇ। ਉੱਥੇ ਭਾਵੇਂ ਹੱਥੋਂ ਬਹੁਤ ਕੁਝ ਦੇਣਾ ਪੈਂਦਾ ਤਾਂ ਵੀ ਸਾਰੀ ਉਮਰਾਂ ਇਸ ਪਾਸੇ ਗੁਜ਼ਾਰ ਦਿੰਦੇ ਹਾਂ ਜਿੱਥੇ ਇੱਕ ਪੈਸੇ ਦਾ ਵੀ ਲਾਭ ਨਹੀਂ ਹੈ। ਲਾਹੇ ਕੁ ਤੂੰ ਢੀਲਾ ਢੀਲਾ ਤੋਟੇ ਕੋ ਵੇਗ ਧਾਇਆ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਨਾਨਕ ਅੱਜ ਕਾ ਲਾਭ ਸੀ ਗਾਫਲ ਫਾਹੀ। ਸੋ ਗੁਰੂ ਬਾਬਾ ਜੀ ਨੇ ਫਿਰ ਕੀਰਤਨ ਭਗਤੀ ਨੂੰ ਪ੍ਰਦਾਨ ਕਰਾਇਆ। ਜਦੋਂ ਆਪਾਂ ਬੈਠਦੇ ਹਾਂ ਦਰਬਾਰ 'ਚ ਕਿਤੇ ਵੀ ਗੁਰਮੁਖ ਕੀਰਤਨ ਕਰ ਰਹੇ ਨੇ ਤਾਂ ਸੰਗਤਾਂ ਫਿਰ ਆਨੰਦ ਮਾਣਦੀਆਂ, ਇਹ ਬਖਸ਼ਿਸ਼ਾਂ ਵੀ ਗੁਰੂ ਨਾਨਕ ਦੀਆਂ ਹੋਈਆਂ ਸਾਡੇ ਉੱਤੇ। ਜਿੱਥੇ ਲੰਗਰ ਚੱਲਦੇ ਨਾ
ਗੁਰੂ ਕਾ ਲੰਗਰ ਉੱਤੇ ਸ਼ਬਦ ਦੇ ਲੰਗਰ ਵੀ ਨਾਲ ਚੱਲਦੇ ਰਹਿੰਦੇ। ਸਰੀਰ ਦੀ ਖੁਰਾਕ ਵੀ ਮਿਲਦੀ ਹੈ ਅਤੇ ਰੂਹ ਦੀ ਖੁਰਾਕ ਵੀ ਇੱਥੇ ਮਿਲਦੀ। ਸਾਨੂੰ ਸਰੀਰ ਕਰਕੇ ਵੀ ਬਲਵਾਨ ਕੀਤਾ ਹੈ ਅਤੇ ਸਾਸ ਨਹੀਂ ਸਾਨੂੰ ਆਤਮਾ ਕਰਕੇ ਵੀ ਮਾਰ ਨੇ ਬਲਵਾਨ ਕੀਤਾ ਹੈ। ਬੜੇ ਸਰੀਰ ਤੋਂ ਬਲਵਾਨ ਲੋਕ ਦੇਖੇ ਨੇ, ਭੁੱਬਾਂ ਮਾਰ ਮਾਰ ਕੇ ਰੋਂਦੇ ਦੁੱਖ ਆਏ ਤੇ, ਪਰ ਜਿਨ੍ਹਾਂ ਦੀ ਆਤਮਾ ਬਲਵਾਨ ਹੁੰਦੀ ਹੈ ਉਹ ਚਰਖੜੀਆਂ 'ਤੇ ਵੀ ਜਕਾਰੇ ਛੱਡੀ ਜਾਂਦੇ। ਇਸ ਕਰਕੇ ਸਾਨੂੰ ਸਰੀਰ ਕਰਕੇ ਵੀ ਭੋਜਨ ਦਿੱਤਾ ਅਤੇ ਰੂਹ ਕਰਕੇ ਵੀ ਭੋਜਨ ਦਿੱਤਾ ਮਹਾਰਾਜ ਨੇ। ਸ਼ੁਕਰ ਕਰੀਏ ਸੱਚੇ ਪਾਤਸ਼ਾਹ ਦਾ, ਸੋ ਆਪਣੇ ਕੀਰਤਨ ਭਗਤੀ ਦਾ ਗੁਰਮੁਖ ਪਿਆਰਿਆਂ ਤੋਂ ਆਨੰਦ ਮਾਣਿਆ। ਬਾਕੀ ਸਮਾਂ ਜਿਹੜਾ ਆਪਣੇ ਕੋਲ ਹੈ, ਜੋ ਪਿਛਲੀ ਆਪਣੀ ਵਿਚਾਰ ਚੱਲ ਰਹੀ ਹੈ, ਉਹ ਆਪਾਂ ਕੁਛ ਸਮਾਂ ਸਫਲਾ ਕਰੀਏ ਗੁਰੂ ਚਰਨਾਂ 'ਚ ਬੈਠ ਕੇ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸਿੰਘ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾ ਕਰਕੇ ਜਿੱਥੇ ਸਾਡੀਆਂ ਮਨ ਦੀਆਂ ਆਸਾਂ ਦੱਸੀਆਂ ਨੇ ਉੱਥੇ ਉਹਨਾਂ ਦਾ ਇਲਾਜ ਵੀ ਦੱਸਿਆ। ਸਭ ਦੇ ਮਨ ਦੇ ਵਿੱਚ ਪਦਾਰਥਾਂ ਦੀ ਇੱਛਾ ਹੈ, ਕਿ ਸਭ ਤੋਂ ਜ਼ਿਆਦਾ ਪਦਾਰਥ ਮੇਰੇ ਕੋਲ ਹੋਣੇ ਚਾਹੀਦੇ, ਅਤੇ ਯਤਨ ਸਾਰੇ ਕਰ ਰਹੇ ਨੇ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜੇ ਤੇਰੇ ਮਨ ਦੇ ਵਿੱਚ ਇਹ ਇੱਛਾ ਹੈ ਫਿਰ ਤੂੰ ਗੁਰੂ ਘਰ ਦੀ ਸੰਗਤ ਦੀ ਸੇਵਾ ਕਰਿਆ ਕਰ, ਅਤੇ ਚਾਰੇ ਪਦਾਰਥ ਤੈਨੂੰ ਸੇਵਾ ਕਰਕੇ ਸੇਵਾ ਦੇ ਅਧੀਨ ਰੱਖੇ ਗਏ ਨੇ, ਧਰਮ, ਅਰਥ, ਕਾਮ ਅਤੇ ਮੋਕਸ਼। ਇਹ ਚਾਰੇ ਪਦਾਰਥ ਸੇਵਾ ਕਰਨ ਵਾਲੇ ਨੂੰ ਪ੍ਰਾਪਤ ਹੋ ਜਾਂਦੇ ਨੇ ਜਿਹੜੇ ਗੁਰੂ ਘਰ ਦੀ ਸੰਗਤ ਦੀ ਸੇਵਾ ਕਰਦੇ ਆ। ਚਾਰ ਪਦਾਰਥ ਦੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਪਦਾਰਥ ਦੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਚਾਰ ਪਦਾਰਥ ਦੇ ਕੋ ਮੰਗੈ ਚਾਰ ਪਦਾਰਥ ਦੇ ਕੋ ਮੰਗੈ ਸਾਧ ਜਨਾ ਕੀ, ਚਾਰ ਪਦਾਰਥ ਦੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। Thank you.
ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਵੈ। ਚਾਰ ਪਦਾਰਥਾਂ ਵਿੱਚ ਮਾਤ ਲੋਕ ਤੋਂ ਸੱਚਖੰਡ ਤੱਕ ਪਦਾਰਥ ਆ ਜਾਂਦੇ ਆ, ਜਿਵੇਂ ਹਾਥੀ ਦੀ ਪੈੜ ਵਿੱਚ ਸਾਰੇ ਜਾਨਵਰਾਂ ਦੀ ਪੈੜ ਆ ਜਾਂਦੀ ਹੈ। ਜਿਹੜਾ ਸੇਵਾ ਕਰਦਾ ਹੈ ਗੁਰੂ ਘਰ ਦੀ ਸੰਗਤ ਦੀ, ਉਹ ਚਾਰੇ ਪਦਾਰਥ ਸੇਵਾ ਦੇ ਦੀ ਰੱਖੇ ਹੈ ਸਾਸਨਾਂ 'ਚ। ਇਹ ਦੋ ਸਾਧਨ ਸੀ ਪਹਿਲੇ ਸਮੇਂ ਤੋਂ, ਤਪ ਅਤੇ ਸਾਧਨਾ। ਪਹਿਲਾਂ ਤਪ ਕਰਦੇ ਸੀ, ਖੜ੍ਹੇ ਰਹਿਣਾ ਜਾਂ ਫਿਰ ਪਾਣੀ 'ਚ ਖੜ੍ਹ ਜਾਣਾ, ਧੂਣੀਆਂ ਤਪਣੀਆਂ, ਭੁੱਖੇ ਰਹਿਣਾ, ਨਗਨ ਰਹਿਣਾ, ਤਪ ਕਰਨਾ, ਫਿਰ ਸਾਧਨਾ ਕਰਦੇ ਸੀ। ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕੀਤੀ, ਤਪੱਸਿਆ ਦੀ ਥਾਂ 'ਤੇ ਗੁਰੂ ਘਰ ਵਿੱਚ ਸੇਵਾ ਰੱਖੀ ਗਈ ਹੈ। ਗੁਰ ਸੇਵਾ ਤਪਾ ਸਿਰ ਤਪ ਸਾਰ। ਤਪੱਸਿਆ ਕਰਕੇ ਹੰਕਾਰ ਆਉਂਦਾ ਸੀ ਅਤੇ ਸੇਵਾ ਕਰਕੇ ਹੰਕਾਰ ਦਾ ਨਾਸ ਹੋ ਜਾਂਦਾ ਹੈ। ਜਿਵੇਂ ਜਦੋਂ ਸ਼ੁੱਧ ਅਤੇ ਇਕਾਗਰ ਮਨ ਹੋਵੇ ਉਹਨੂੰ ਗਿਆਨ ਦਾ ਅਧਿਕਾਰ ਹੁੰਦਾ ਹੈ। ਖਿੰਡਿਆ ਅਤੇ ਮੈਲਾ ਮਨ ਜਿੰਨਾ ਮਰਜ਼ੀ ਗਿਆਨ 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 ਕਰਦਾ ਰਿਹਾ, ਕਦੇ ਗਿਆਨ ਨਹੀਂ ਹੋਏਗਾ। ਸਾਸਿੰਗ ਗਿਆਨ ਕੋਈ ਗੱਲਾਂ ਦਾ ਵਿਸ਼ਾ ਨਹੀਂ ਹੈ, ਗਿਆਨ ਕਮਾਈ ਦਾ ਵਿਸ਼ਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ, ਖਾਂਡ ਖਾਂਡ ਕਹੇ ਜੇਵਾ ਨਾ ਸਵਾਦ ਮਿੱਠੋ ਆਵੈ, ਅਗਨ ਅਗਨ ਕਹੇ ਸੀਤ ਨਾ ਬਨਾਸ ਹੈ, ਬੈਦ ਬੈਦ ਕਹੇ ਰੋਗ ਨਾ ਮਿਟਤ ਕਾਹੂੰ ਕੋ ਹੈ, ਦਰਬ ਦਰਬ ਕਹੇ ਦਰਬੇ ਨਾ ਬਲਾਸ ਹੈ, ਚੰਦਨ ਚੰਦਨ ਕਹੇ ਹੋਤ ਨਾ ਸੁਬਾਸ ਬਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਕਾਸ਼ ਹੈ, ਤੈਸੇ ਗਿਆਨ ਗੋਸ਼ਟ ਕਹਿਤ ਨ ਰਹਿਤ ਪਵੈ, ਕਰਨੀ ਪ੍ਰਧਾਨ ਭਾਨ ਉਦਤ ਅਕਾਸ ਹੈ, ਗਿਆਨ ਨਾ ਗੱਲੀ ਢੂੰਦੀ ਹੈ ਕਥਨਾ ਕਰੜਾ ਸਾਫ। ਹਾਂ ਇਹ ਠੀਕ ਹੈ, ਮਨ ਸਮਝਾਵਨ ਕਾਰਨੇ ਕਸ਼ੁ ਅਖ ਪੜ੍ਹੀ ਹੈ ਗਿਆਨ, ਧਾਰਮਿਕ ਗ੍ਰੰਥ ਪੜ੍ਹਨੇ ਸਿੱਖਣ ਵਾਸਤੇ, ਸਿੱਖਿਆ ਲੈਣ ਵਾਸਤੇ, ਸਮਝਣ ਵਾਸਤੇ ਤਾਂ ਚੰਗੀ ਗੱਲ ਹੈ, ਪਰ ਗਿਆਨ ਤਾਂ ਸ਼ਬਦ ਦੀ ਕਮਾਈ ਕਰਕੇ ਹੋਏਗਾ। ਸਾਸਨ ਜਿਹੜਾ ਪੜ੍ਹਿਆ ਹੋਇਆ ਗਿਆਨ ਹੈ ਜਾਂ ਸੁਣਿਆ, ਇਹ ਕੰਨਾਂ ਤੱਕ ਜਾ ਸਕਦਾ, ਮਨ ਤੱਕ ਨਹੀਂ ਜਾਏਗਾ। ਮਨ ਤੱਕ ਗਿਆਨ ਤਾਂ ਸ਼ਬਦ ਦੀ ਕਮਾਈ ਕਰਨੇ 'ਚ ਜਾਏਗਾ, ਪਰ ਗਿਆਨ ਵਾਸਤੇ ਹਿਰਦਾ ਸ਼ੁੱਧ ਹੋਵੇ ਇਕਾਗਰ ਹੋ ਗਏ। ਸ਼ੁੱਧ ਹੁੰਦਾ ਹੈ ਨਿਸ਼ਕਾਮ ਕਰਮ ਕਰਨ ਸੰਸੇ। ਇਹ ਪੰਜ ਵਸਤਾਂ ਨੇ ਕਰਮ, ਉਪਾਸ਼ਨਾ, ਗਿਆਨ, ਵਿਗਿਆਨ। ਜਿਵੇਂ ਪੰਜ ਨੇ ਸੁਣਨਾ, ਮੰਨਣਾ, ਅਮਲ ਕਰਨਾ, ਸਾਖਿਆਤ ਹੋਣਾ ਅਤੇ ਭੇਦ ਹੋ ਜਾਣਾ, ਇਸੇ ਤਰ੍ਹਾਂ ਪਹਿਲਾਂ ਸ਼ੁਭ ਕਰਮ ਕਰਨੇ, ਸ੍ਰਿਸ਼ਟਾਚਾਰ ਕਰਨਾ, ਚੰਗੇ ਕਰਮ ਕਰਨੇ ਮਾੜੇ ਛੱਡ ਦੇਣੇ, ਫਿਰ ਉਪਾਸ਼ਨਾ ਕਰਨੀ, ਸਿਮਰਨ ਕਰਨਾ, ਤੇਲ ਦੀ ਧਾਰਾ ਵੱਧ। ਜਿਵੇਂ ਇੱਕ ਭਾਂਡੇ 'ਚ ਦੂਜੇ ਭਾਂਡੇ 'ਚ ਤੇਲ ਪਾਈਏ, ਆਪਣੇ ਘਰਾਂ 'ਚ ਸਰੋਂ ਦਾ ਤੇਲ ਹੁੰਦਾ,
ਉਹ ਐਸੀ ਵਸਤੂ ਆਪਾਂ ਨੂੰ ਦਿੱਤੀ ਉਹਨੂੰ ਫਰਿੱਜ ਰੱਖਦੇ ਤਾਂ ਵੀ ਨਹੀਂ ਜੰਮਦਾ ਹੈ। ਜਿਹੜਾ ਫਰਿੱਜ 'ਚ ਨਹੀਂ ਜੰਮਦਾ ਆਪਣੇ ਅੰਦਰ ਕਿਵੇਂ ਜੰਮ ਜਾਏਗਾ। ਪਰ ਅਸੀਂ ਮਾਡਰਨ ਹੋ ਗਏ ਨਾ ਹੁਣ, ਉਹ ਤਾਂ ਆਪਾਂ ਨੂੰ ਲੱਗਦਾ ਤਾਂ ਦੇਸੀ ਜਿਹਾ ਹੀ ਕੰਮ ਹੈ। ਦੇਸੀ ਵੀ ਠੀਕ ਰਹਿਣਾ, ਜਦੋਂ ਮਰਜ਼ੀ ਵਰਤਣੀ ਉੱਥੇ ਹੀ ਆਉਣਾ ਪੈਣਾ। ਤੁਸੀਂ ਉਹਨੂੰ ਫਰਿੱਜ ਰੱਖਦੇ ਜੰਮੇਗਾ ਨਹੀਂ ਕਰੇਗਾ। ਪਰ ਆਪਾਂ ਨੂੰ ਤਾਂ ਫਿਰ ਥੋੜ੍ਹਾ ਜਿਹਾ ਮਾਡਰਨ ਬਣਨਾ ਪੈਣਾ ਨਾ, ਦੇਸੀ ਫਿਰ ਵਰਤੀ ਜੀ ਹੈ।